ਨਹੀਂ ਇਹ ਨਹੀਂ ਹੁੰਦੇ ਆਉਂਦਾ ਸਾਡਾ ਕੰਮ ਬੋਲਦਾ ਜੀ ਓਏ ਸਾਡਾ ਕੰਮ ਬੋਲਦਾ ਸਰ ਤੁਸੀਂ ਸਾਡੇ ਨਾਲ ਆਰਗੂਮੈਂਟ ਕਰ ਰਹੇ ਹੋ ਸਾਨੂੰ ਸਮੇਲ ਆਉਣੀ ਹੈ ਤੁਹਾਨੂੰ ਨਹੀਂ ਨਹੀਂ ਤੁਸੀਂ ਆਰਗੂਮੈਂਟ ਕਰ ਰਹੇ ਮੈਂ ਸਾਨੂੰ ਸਮੇਲ ਆਉਂਦੀ ਤੁਹਾਨੂੰ ਨਹੀਂ ਆਉਂਦੀ ਸਮੇਲ ਮੈਂ ਕਹਿ ਰਿਹਾ ਤੁਹਾਨੂੰ ਕੋਈ ਗੱਲ ਗਲਤੀ ਕਿਹੜਾ ਸੀ ਟਰੱਕ ਵਾਲਾ ਸੱਟ ਕੇ ਗਿਆ ਉਹਦਾ ਕੋਈ ਨੰਬਰ ਨਹੀਂ ਉਹਦਾ ਨੰਬਰ ਦੇ ਰਿਹਾ ਸਰ ਸਬਰ ਕਰੋ ਸਰ ਜੀ ਤੁਹਾਡੀ ਗੱਲ ਕਰ ਰਹੇ ਤੁਸੀਂ ਮੇਰੇ ਗੱਲ ਕਰ ਰਹੇ ਹੋ ਇਹ ਨਹੀਂ ਗੱਲ ਕਰ ਰਹੇ ਸਰ ਤੁਹਾਡੇ ਗੱਲ ਕਰ ਰਹੇ ਤੁਸੀਂ ਮੇਰੇ ਗੱਲ ਕਰ ਰਹੇ ਤੁਸੀਂ ਵਿੱਚ ਦਾਰੂ ਪੀ ਕੇ ਪੈਗ ਲਾ ਕੇ ਦੋ ਸਾਡੇ ਤੇ ਜਦੋਂ ਭਾਈ ਦਾਰੂ ਪੀਤੀ ਸੀਗੀ ਭਾਜੀ ਦਾਰੂ ਪੀਤੀ ਬੰਦੇ ਦੀ ਯਾਰ ਦੀਦਾ ਨਹੀਂ ਪਿਆ ਤੁਹਾਨੂੰ ਨਹੀਂ ਮੁਲਾਜ਼ਮ ਦਾਰੂ ਪੀ ਕੇ ਆਇਆ ਕਰੋ ਗੱਲ ਅਗਲਾ ਮੁਲਾਜ਼ਮ ਨਾ ਕਰੋ ਗੱਲ ਕੀ ਮੇਰੀ ਹੈ ਡਿਊਟੀ ਇੱਕ ਮਿੰਟ ਸਰ ਇੱਕ ਮਿੰਟ ਸੀਪੀ ਸਾਹਿਬ ਨੇ ਹੁਣੇ ਗੱਲ ਕਰਾਉਂ ਤੁਹਾਡੀ ਤੁਸੀਂ ਇੱਕ ਗੱਲ ਹੁਣ ਮੈਨੂੰ ਕਹੋ ਸੀਪੀ ਸਾਹਿਬ ਨਾਲ ਤੁਹਾਡੀ ਹੁਣੇ ਗੱਲ ਕਰਾਉਂ ਤੁਸੀਂ ਕੀ ਗੱਲ ਕਹਿ ਗਿਆ ਸਰ ਛੱਡੋ ਸਰ ਵਾਲੀਆਂ ਤੁਹਾਡੇ 3 ਸਟਾਰ ਖੜੇ ਨੇ ਇੱਥੇ ਯਾਰ ਤੁਹਾਡਾ ਥਾਣੇਦਾਰ ਖੜਾ ਕੁਛ ਨੀ ਬੋਲਿਆ ਤੁਹਾਨੂੰ ਜ਼ਿਆਦਾ ਫੀਲਿੰਗ ਹੈ ਕੀ ਮਤਲਬ ਕੌਣ ਹੈ ਤੁਸੀਂ ਕੀ ਚੀਜ਼ ਹੋ ਹਵਲਦਾਰ ਥਾਣੇਦਾਰ ਤੋਂ ਵੱਡੇ ਹੋ ਫਿਰ ਤੁਹਾਨੂੰ ਚੁੱਪ ਕਰਾ ਦੇ ਤੁਹਾਨੂੰ ਆਉਂਦਾ ਨੀ ਪਿਆ ਸਰ ਮੈਂ ਕਹੀ ਤਾਂ ਜਾਣਾ ਵੀ ਸਾਹਿਬ ਕੁਛ ਬੋਲ ਨੀ ਰਹੇ ਤੁਹਾਡੇ ਸਰ ਤੁਸੀਂ ਆਪਣੇ ਹਿਸਾਬ ਨਾਲ ਹੁਣੇ ਕਿਹਾ ਵਾ ਆਪਾਂ ਤੁਹਾਡੇ ਰੂਬਰੂ ਹੋ ਗਏ ਤੁਹਾਨੂੰ ਕੁਝ ਗਲਤ ਬੋਲਿਆ ਸਾਡੇ ਸਿਰ ਤੇ ਜੁੱਤੀ ਮਾਰੋ ਲਾ ਕੇ ਭਾਜੀ ਭਾਈ ਸਾਹਿਬ ਕਹਿ ਰਹੇ ਕਿ ਮੂੰਹ ਥੱਲੇ ਕਰਕੇ ਤੈਨੂੰ ਜ਼ਿਆਦਾ ਬੋ ਆਉਂਦੀ ਸਾਨੂੰ ਨਹੀਂ ਆਉਂਦੀ ਠੀਕ ਹੈ ਵੀਰੇ ਮੈਂ ਬਾਹਮਣ ਫੈਮਿਲੀ ਤੋਂ ਆਉਂਦਾ ਮੇਰੇ ਕੋਲ ਜ਼ਿਆਦਾ ਮੇਰੇ ਤੋਂ ਨਹੀਂ ਸਰਵਾਈਵ ਹੋ ਰਿਹਾ ਠੀਕ ਹੈ ਜੀ ਪਰ ਮੈਂ ਆਪਣਾ ਕੰਮ ਕਰਨ ਆ ਰਿਹਾ ਔਰ ਮੇਰੇ ਕੰਮ ਲਈ ਜੇ ਬਾਲੀ ਗੱਲ ਹੈ ਮੈਂ ਪਹਿਲਾਂ ਫੁਕਰੀ ਨਹੀਂ ਮਾਰਦਾ ਪਰ ਹੁਣ ਸ਼ੁਰੂ ਕਰੂੰਗਾ ਮੇਰੀਆਂ ਜਾ ਕੇ ਵੀਡੀਓ ਚੈੱਕ ਕਰਿਓ ਭਾਜੀ ਰਾਤ ਨੂੰ 2-2 ਵਜੇ ਤੱਕ ਆ ਬੰਦਾ ਗਵਾਹ ਹੈ ਇਸੀ ਜਗ੍ਹਾ ਤੋਂ ਜਾ ਕੇ ਲੈ ਕੇ ਜਾਂਦਾ ਰਿਹਾ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਿਆ ਮੁਲਾਜ਼ਮ ਕਹਿ ਰਿਹਾ ਕਿ ਤੂੰ ਮੂੰਹ ਥੱਲੇ ਰੱਖ ਕੇ ਗੱਲ ਕਰ ਵੀ ਸ਼ਾਇਦ ਕੱਲ ਨੂੰ ਕਿਤੇ ਮੇਰੇ ਨਾਲ ਕੋਈ ਕਾਰਵਾਈ ਜਾਂ ਕੁਛ ਉਦਾਂ ਹੋ ਜਾਊਗਾ ਵੀ ਤੂੰ ਮੂੰਹ ਲੁਕਾ ਕੇ ਪਿੱਛੇ ਆਇਆ ਸਾਹਿਬ ਹੁਣੇ ਕੰਪਰੋਮਾਈਜ਼ ਕਰ ਰਿਹਾ ਮੈਨੂੰ ਕਹਿੰਦਾ ਡਾਂਗਾ ਮੰਗਾ ਕਰੇਨ ਮੰਗਾਈਏ ਆਪਾਂ ਨੂੰ ਚੱਕੀਏ ਉਹ ਥਾਣੇ ਹਵਲਦਾਰ ਹੋ ਕੇ ਮੈਨੂੰ ਗੱਲ ਕਹਿ ਰਿਹਾ ਕਿ ਤੈਨੂੰ ਕੀ ਲੈਣ ਦੇਣਾ ਮੈਂ ਤਾਂ ਥਾਣੇਦਾਰ ਦੀ ਗੱਲ ਸਹਿਮਤ ਆ ਪਰ ਥਾਣੇਦਾਰ ਸਾਹਿਬ ਆਪ ਉਹਨੂੰ ਤੁਸੀਂ ਵੀਡੀਓ ਬੈਕ ਕਰ ਲਓ ਗਾਲ ਕੱਢਦੇ ਨਜ਼ਰ ਆਣਗੇ ਠੀਕ ਹੈ ਜੀ ਪਰ SHO ਸਾਹਿਬ ਪੂਰੀ ਆਪਣੇ ਨਾਲ ਕਰ ਰਿਹਾ ਕੋਆਪਰੇਟ ਉਹ ਬੰਦਾ ਇਕੱਲੇ ਹੀ ਆ ਕੇ ਫੀਲਿੰਗ ਲੈ ਰਿਹਾ ਯਾਰ ਹਾਂਜੀ ਸਰ ਜੀ ਜਿਹੜੀ ਗਊ ਹੱਤਿਆ ਲਗਾਤਾਰ ਇੱਥੇ ਇਲਾਕੇ ਦੇ ਵਿੱਚ ਤਾਜਪੁਰ ਰੋਡ ਤੇ ਵੀ ਹੋਇਆ ਹੁਣ ਇੱਥੇ ਹੋਈ ਹੈ ਕਿਸ ਤਰ੍ਹਾਂ ਪਤਾ ਲੱਗਿਆ ਇਹ ਜਿਹੜੀ ਗਊ ਹੱਤਿਆ ਨਹੀਂ ਹੈਗੀ ਇਹ ਕਿਸੇ ਨੇ ਮਾਰ ਕੇ ਸਿੱਟੀਆਂ ਇਹ ਮਰੀਆਂ ਹੋਈਆਂ ਗਊਆਂ ਲੈ ਕੇ ਕਾਰ ਸ਼ਾਇਦ ਮੇ ਵੀ ਕਾਰ ਪੋਦੇ ਟਰੱਕ ਨੂੰ ਸਿੱਟੀਆਂ ਇਹ ਬਿਆਨ ਲਿਖਾਣਾ ਸੀ ਬੱਚਾ ਦੇ ਕਾਰਵਾਈ ਕਰ ਰਹੇ ਬਸ ਤੁਹਾਨੂੰ ਕਦੋਂ ਸੂਚਨਾ ਮਿਲ ਗਈ ਸੀ ਸਾਨੂੰ ਹੁਣੇ ਸੂਚਨਾ ਮਿਲੀ ਹੈ 15-20 ਮਿੰਟ ਪਹਿਲਾਂ ਅਸੀਂ ਉਦੋਂ ਹੀ ਆ ਗਏ ਬਿਲਕੁਲ ਕਰਾਂਗੇ ਜੀ ਬਿਆਨ ਲਿਖਾਉਣਾ ਅਸੀਂ ਕਾਰਵਾਈ ਕਰ ਰਹੇ ਹਾਂ ਠੀਕ ਹੈ ਜੀ।